अप्रिशिएट करता हूं चेयरमैन थीम पार्क हाजी खुशी मोहम्मद साहब को कि जिन्होंने जो हमारे इस थीम पार्क इस इलाके के लिए स्कूल के लिए अहलियाने थीम पार्क के लिए अल्लाह की तरफ से एक बहुत बड़ी नेमत है कि जो आपको बच्चों को फ्री तालीम दे रहे हैं और पूरे जज्बे और वकार के साथ दे रहे हैं। तो हमने भी इस अमल में इस मैदान में इस चीज की कदर करनी है। यकीन माने मैं पहले भी कई दफा कह चुका हूं, लोग सोसाइटियां बनाते हैं, प्लाट बेचते हैं और वहां पर दो काम सेहत और तालीम के हवाले से वो लोग बिजनेस बना के बैठ जाते हैं, कारोबार करते हैं, पैसा कमाते हैं वहां पे। ये हमारे गिल्तो नवाज जितनी, ये जी मलक रियाज बड़ा नाम है, ये जनाब उसका बहरिया टाउन है, जाके देखें वहां पर बच्चों की फीस 25-25 हजार रुपए है। सबसे पहले मेरियां बेटियां रो ते मेरियां भैणां रो मुबारकबाद जिहड़ियां रिजल्ट तो अच्छे नंबरां पास होईयां ने ते उहनां मेहनत कीती है उहनां वास्ते क्लैपिंग हो जाए। कह तलीम एक अच्छा जेवर है ते इहदे वास्ते जिहड़ी डॉक्टर साहब अगे कह रहे सी कि इह असीं किवें सोच शुरू कीती कि मैं जो पढ़न जांदा सां ते उस टाइम हालात ऐसे साजगार नहीं सन ते वो वेखदे सां कि फीसां नहीं दित्तियां जांदियां सी ते बड़े मसायल पैदा होंदे सी जिंदी वजह नाल उस वक्त बचपन दे विच इह सोच दिल दे विच रखी सी कि या अल्लाह इस काबल करी कि जो इस काबल तू कर देगा तो एक फ्री स्कूल फ्री कॉलेज और फ्री यूनिवर्सिटी बनावांगे जिंदे विच जिहड़े साडे भैण भरा नहीं अफोर्ड कर सकते वो पढ़नगे ते बाकी भी पढ़नगे। इसे तरह ही असि हस्पताल का शुरू किया जो मेरे वालद साहब दवाई लैन जाते थे वो चैक करते सर उस टाइम 20-25 रुपया या 100 रुपया लेता सी डॉक्टर वो जाके दे के आना तो फिर एक टाइम दवाई के पैसे ना होने तो परेशानी जेल के लिए आई तो उस टाइम अल्लाह को दुआ करी थी कि अल्लाह इस काबिल करी कि एक हस्पताल जरा फ्री दिता जाए जिन्हें वास्ते सारी अपाओं वास्ते वो फ्री हो। ਜਿਆਦਾ ਤੁਸੀਂ ਮੇਰੇ ਭੈਣਾਂ ਤੇ ਮਾਵਾਂ ਤੇ ਭੈਣ ਭਰਾ ਸਾਰੇ ਇੱਕੋ ਹੀ ਮੇਰੀ ਫੈਮਿਲੀ ਜੇ ਆਪਣਾ ਵਿਜ਼ਨ ਇਹ ਹੈਗਾ ਕਿ ਇੱਕ ਆਮ ਆਦਮੀ ਨੂੰ ਡਿਵੈਲਪ ਕਰਕੇ ਉਹਨੂੰ ਤਰੱਕੀ ਦੀ ਰਾਹ ਤੇ ਪਾਉਣਾ ਤੇ ਇਹ ਕੰਮ ਅਗਰ ਆਪਾਂ ਵੈਸੇ ਵੀ ਤਾਂ ਕਰਨਾ ਲੇਕਿਨ ਮੈਂ ਬੱਚਿਆਂ ਦੇ ਵਿੱਚ ਜ਼ਰੂਰ ਪੈਦਾ ਕਰ ਦਿਆਂਗੇ ਬੱਚਿਆਂ ਨੂੰ ਸ਼ੌਰ ਪੈਦਾ ਕਰ ਦਿਆਂਗੇ ਕਿ ਇਹ ਜਿਹੜਾ ਤਲੀਮ ਇਹਨਾਂ ਇੱਕ ਬੜਾ ਸੁਨਹਿਰੀ ਮੌਕਾ ਹੁੰਦਾ ਬੱਚੇ ਦੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਪੀਰੀਅਡ ਹੁੰਦਾ ਇਹ 8-7 ਸਾਲ ਦਾ ਪੀਰੀਅਡ ਜਿਹੜਾ ਹੁੰਦਾ ਹੈ ਨਾ ਇਹ ਬੜਾ ਅਹਿਮ ਹੁੰਦਾ ਹੈ ਇਹ ਤੁਹਾਡੇ ਵਾਸਤੇ ਇਹ ਬੱਚਾ ਦੇ ਤੁਸੀਂ ਅਗਰ ਉਹਨੂੰ ਬੱਚੇ ਨੂੰ ਪੜ੍ਹਾਈ ਤੇ ਨਹੀਂ ਲਾਉਂਦੇ ਤੇ ਉਹਨੂੰ ਕਿਸੇ ਕੰਮ ਤੇ ਲਾ ਦਿੰਦੇ ਜੇ ਉਹਦੇ ਵਾਸਤੇ ਉਹਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਜ਼ਿਆਦਾ ਮੈਨੂੰ ਭੈਣਾ ਭਰਾਵਾਂ ਨੂੰ ਮੇਰੀ ਬੜੀ ਵੱਡੀ ਰਿਕੁਐਸਟ ਹੈਗੀ ਕਿ ਅਸੀਂ ਅੱਜ ਤੋਂ ਹਰ ਬੱਚੇ ਦਾ 200 ਰੁਪਏ ਦਾ ਵਜ਼ੀਫਾ ਵੀ ਲਾਉਣ ਲੱਗੇ ਹਾਂ ਤੇ ਨਾਲੇ ਜਿਹੜੀਆਂ ਕਿਤਾਬਾਂ ਫ੍ਰੀ ਕਰਨ ਲੱਗੇ ਹਾਂ ਤੇ ਵਰਦੀਆਂ ਫ੍ਰੀ ਕਰਨ ਲੱਗੇ ਹਾਂ ਲੇਕਿਨ ਇੱਕ ਹੀ ਰਿਕੁਐਸਟ ਹੈ ਮੇਰੀ ਤੁਹਾਡੀ ਭੈਣਾ ਭਰਾਵਾਂ ਨੂੰ ਕਿ ਸਾਡਾ ਕੋਈ ਵਿਜ਼ਨ ਨਹੀਂ ਹੈਗਾ ਕੋਈ ਸਾਡਾ ਇਰਾਦਾ ਨਹੀਂ ਹੈ ਸਾਡਾ ਸਿਰ ਇਹ ਇਰਾਦਾ ਹੈਗਾ ਕਿ ਜਿਹੜਾ ਕੰਮ ਮੈਂ ਤੇ ਮੇਰੇ ਭਾਈ ਨਹੀਂ ਕਰ ਸਕੇ ਜਿਹੜਾ ਅਸੀਂ ਮੈਂ ਨਹੀਂ ਪੜ ਸਕਿਆ ਮੈਂ 12 ਜਮਾਤਾਂ ਕੀਤੀਆਂ ਉਸ ਤੋਂ ਬਾਅਦ ਮੇਰੇ ਮਾਪਿਆਂ ਨੇ ਇਨੀ ਕਲੀ ਉਹਨਾਂ ਕੋਲ ਇਨੀ ਕਾਬਲੀਅਤ ਨਹੀਂ ਸੀ ਹੈਗੀ ਉਹਨਾਂ ਕੋਲ ਇਨੇ ਪੈਸੇ ਨਹੀਂ ਸੀ ਹੈਗੇ ਕਿ ਮੈਂ 16 ਜਮਾਤਾਂ ਪੜ ਦਿੰਦਾ ਲਿਹਾਜ਼ਾ ਉਹ ਮਿਸ਼ਨ ਮੈਂ ਪੂਰਾ ਕਰਕੇ ਜਾਵਾਂਗਾ ਇਨਸਾਨਾ ਦੁਨੀਆ ਦਾ ਲੇਕਿਨ ਆਪਣੇ ਬੱਚਿਆਂ ਨੂੰ ਜਿੱਦਾਂ ਫ੍ਰੀ ਐਜੂਕੇਸ਼ਨ ਮਿਲਦੀ ਹੋਵੇ ਕੰਮ ਤੋਂ ਕੰਮ ਉਹਦੇ ਤੇ ਨਿਲਾ ਰੱਖ ਕੇ ਉਹ ਤਾਂ ਆਪਾਂ ਲੈ ਸਕਦੇ ਹਾਂ ਨਾ ਜਿਹੜਾ 7 ਸਾਲ ਦਾ ਪੀਰੀਅਡ ਹੈ ਬੱਚਾ ਬਚਪਨ ਤੋਂ ਲੈ ਕੇ 12-14 ਸਾਲ ਤੱਕ ਤੇ ਵੈਸੇ ਹੀ ਬੱਚੇ ਨੂੰ ਆਜ਼ਾਦੀ ਹੋਣੀ ਚਾਹੀਦੀ ਲਿਹਾਜ਼ਾ ਮੈਂ ਦੇਖਦਾ ਰਹਿਣਾ ਆਪਣੀ ਸੋਸਾਇਟੀ 'ਚ ਕਈ ਐਸੇ ਘਰ ਨੇ ਜਿਨ੍ਹਾਂ ਆਪਣੇ ਬੱਚਿਆਂ ਨੂੰ ਕੰਮ ਤੇ ਲਾਇਆ ਉਹ ਮੈਨੂੰ ਬੜੀ ਤਕਤ ਹੁੰਦੀ ਬੜੀ ਪਰੇਸ਼ਾਨੀ ਹੁੰਦੀ ਕਿ ਇੱਕ ਫ੍ਰੀ ਐਜੂਕੇਸ਼ਨ ਹੈ ਤੇ ਉਸੇ ਬਾਵਾ ਨੂੰ ਬੱਚਿਆਂ ਨੂੰ ਕੰਮ ਤੇ ਲਾਇਆ ਜਾਂਦਾ ਲਿਹਾਜ਼ਾ ਮੇਰੀ ਭੈਣ ਭਰਾਓ ਅਗਰ ਕਿਸੇ ਨੂੰ ਪ੍ਰੋਬਲਮ ਨਹੀਂ ਆਉਂਦੀ ਤਾਂ ਉਹਦੇ ਵਾਸਤੇ ਤੁਸੀਂ ਹੱਲ ਲਾ ਲੇਕਿਨ ਬੱਚੇ ਸਾਰੇ ਆਪਦੇ ਸਕੂਲ ਦਾਖਲ ਕਰੋ ਅਸੀਂ ਇਹਨੂੰ ਬਿਲਡਿੰਗ ਨੂੰ ਦਖਲ ਕਰਨ ਲੱਗੇ ਹਾਂ ਇੱਥੇ ਬੱਚਿਆਂ ਦਾ ਲਹਿਰਾ ਬੱਚਿਆਂ ਦਾ ਬਣਾਉਣ ਲੱਗੇ ਹਾਂ ਤੁਹਾਨੂੰ ਅੱਗੇ ਵੀ ਰਿਕੁਐਸਟ ਇਹ ਕਰਨਾ ਮੇਰੀਆਂ ਤੁਸੀਂ ਭੈਣਾਂ ਦੇ ਮਾਵਾਂ ਦੇ ਮੇਰੀਆਂ ਬੇਟੀਆਂ ਨੇ ਔਰ ਮੇਰੇ ਬੱਚੇ ਦਾ ਵੀ ਮਾਸ਼ਾਅੱਲਾ ਇੱਥੋਂ ਦਾਖਲਾ ਗਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਪਿਛਲਾ ਰਿਜ਼ਲਟ ਮੈਂ ਵੇਖ ਕੇ ਸਾਡਾ ਉਹ ਜਿਹੜਾ ਖਾਮ ਸੀ ਪੂਰਾ ਹੁੰਦਾ ਨਜ਼ਰ ਆਇਆ ਕਿ ਪਿਛਲਾ 9ਵੀਂ ਦਾ ਰਿਜ਼ਲਟ 10ਵੀਂ ਦਾ ਬਹੁਤ ਅੱਛਾ ਆਇਆ ਹੈ ਬਾਹਰ ਦੇ ਸਕੂਲਾਂ ਨਾਲੋਂ ਅੱਛਾ ਆਇਆ ਹੈ।
ਅਸੀਂ ਉਹਦੇ ਵਾਸਤੇ ਜਦੋਂ ਇੱਥੋਂ ਇਮਤਿਹਾਨ ਦੇਣ ਆਉਂਦੇ ਨੇ ਬੱਚੇ ਜਾਂ ਬੱਚੀਆਂ, ਪਹਿਲੇ ਉਹਨਾਂ ਨੂੰ ਪੁੱਛਦੇ ਹਾਂ ਕਿ ਟ੍ਰਾਂਸਫਰ ਅਸੀਂ ਆਪ ਮੁਹੱਈਆ ਕਰਦੇ ਹਾਂ, ਹਰ ਮੁਮਕਿਨ ਕੋਸ਼ਿਸ਼ ਕਰਨ ਨੂੰ ਤਿਆਰ ਹਾਂ। ਲਿਹਾਜ਼ਾ ਸਿਰਫ ਇੱਕ ਰਿਕੁਐਸਟ ਹੈ ਮੇਰੇ ਭੈਣਾਂ ਭਰਾਵਾਂ ਤੋਂ ਕਿ ਜਿੰਨੇ ਬੱਚੇ ਨੇ ਸਾਰੇ ਦਾਖਲ ਕਰੋ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀ ਫੀਸ ਕੋਈ ਨਹੀਂ ਹੈ, ਫੀਸ ਤਾਂ ਲੈਂਦੇ ਹੀ ਨਹੀਂ, ਕਿਤਾਬਾਂ ਤਾਂ ਅਸੀਂ ਵਰਦੀਆਂ ਕੋਲੋਂ ਦਿਆਂਗੇ। ਲਿਹਾਜ਼ਾ ਤੁਹਾਡੇ ਕਾਮ ਨਾਲ ਜੀ ਸਾਡੇ ਨਾਲ ਬੱਚਿਆਂ ਦਾ ਪੜ੍ਹਦਾ।